ਇਸ ਲਈ ਭਰਾਓ ਇਸ ਬੇਇਨਸਾਫੀ ਦੇ ਖਿਲਾਫ ਲੜਾਈ ਲੜਨ ਵਾਸਤੇ, ਲੋਕਾਂ ਨੂੰ ਲਾਮਬੰਦ ਕਰਕੇ ਲੋਕ ਲਹਿਰ ਪੈਦਾ ਕਰਨ ਵਾਸਤੇ ਮਾਲਵੇ ਦੀ ਇਸ ਧਰਤੀ ਤੋਂ ਅਸੀਂ 180 ਕਿਲੋਮੀਟਰ ਦਾ ਮਾਰਚ ਵਿੱਢਿਆ ਹੈ। ਔਰ ਮੈਨੂੰ ਇਹ ਕਹਿਣ ਵਿੱਚ ਸ਼ਰਮ ਆਉਂਦੀ ਆ ਕਿ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ। ਕਦੀ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਮੈਂ 65,000 ਕਰੋੜ ਦਾ ਨਿਵੇਸ਼ ਲੈ ਕੇ ਆ ਰਿਹਾ ਪੰਜਾਬ 'ਚ, ਕਦੀ ਕੈਪਟਨ ਸਾਹਿਬ ਮੁੰਬਈ ਦੇ ਵਿੱਚ ਜਾ ਕੇ ਅੰਬਾਨੀਆਂ ਅਤੇ ਅਡਾਨੀਆਂ ਨਾਲ ਮੀਟਿੰਗਾਂ ਕਰਦੇ ਨੇ, ਲੋਕਾਂ ਦੀ ਅੱਖੀ ਘੱਟਾ ਪਾਉਂਦੇ ਨੇ। ਜਿਹੜੇ ਲੋਕੋ ਦੋ ਟੱਬਰ, ਜਿਹੜੇ ਲੋਕੋ ਰਾਜ ਕਰਨ ਵਾਲੀਆਂ ਦੋ ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ, ਇਸ ਸੂਬੇ ਦੇ ਵਿੱਚ ਅਵਾਰਾ ਪਸ਼ੂ ਨਹੀਂ ਸਾਂਭ ਸਕੇ। 70 ਸਾਲ ਦੀ ਆਜ਼ਾਦੀ ਤੋਂ ਬਾਅਦ ਇਹ ਅਵਾਰਾ ਪਸ਼ੂ ਨਹੀਂ ਸਾਂਭ ਸਕੇ। ਅੱਜ ਸਾਰੇ ਮਾਲਵੇ ਪੰਜਾਬ, ਤੁਸੀਂ ਤਾਂ ਜਿਹੜੇ 71 ਹੋ ਪੰਜਾਬ ਦੇ ਲੋਕ, ਤੇ ਜਿਹੜੇ ਲੋਕ ਵਿਸ਼ਵ ਦੇ ਵਿੱਚ ਬੈਠੇ ਜਿਹਨਾਂ ਦੇ ਪੰਜਾਬੀ ਰਿਸ਼ਤੇਦਾਰ ਪੰਜਾਬ 'ਚ ਵਸਦੇ ਨੇ, ਤੁਸੀਂ ਤਾਂ ਖਜ਼ਾਨਾ ਭਰਨ 'ਤੇ ਲੱਗੇ ਹੋਏ ਹੋ। ਸਵੇਰੇ ਉੱਠ ਕੇ ਚਾਹ ਦਾ ਕੱਪ ਪੀਂਦੇ ਹੋ, ਉਹਦੇ ਪੱਤੀ ਤੇ ਚੀਨੀ ਤੇ ਟੈਕਸ ਦਿੰਦੇ ਹੋ, ਸੜਕ ਤੇ ਨਿਕਲਦੇ ਹੋ ਰੋਡ ਟੈਕਸ ਦਿੰਦੇ ਹੋ, ਡੈਥ ਸਰਟੀਫਿਕੇਟ ਕੋਈ ਘਰ 'ਚ ਮਰ ਜਾਂਦਾ ਤਾਂ ਵੀ ਟੈਕਸ ਦਿੰਦੇ ਹੋ, ਕੋਈ ਪੈਦਾ ਹੁੰਦਾ ਤਾਂ ਵੀ ਟੈਕਸ ਦਿੰਦੇ ਹੋ, ਕੱਪੜਾ ਲਿੱਤਾ ਖਰੀਦੇ ਤਾਂ ਵੀ ਟੈਕਸ ਦਿੰਦੇ ਹੋ, ਪੈਟਰੋਲ ਡੀਜ਼ਲ ਭਰਾਉਂਦੇ ਹੋ, ਉਹਦੇ 'ਤੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਹੁਤ ਭਾਰੀ ਵੈਟ ਦਿੰਦੇ ਹੋ, ਅਤੇ ਫਿਰ ਖਜ਼ਾਨਾ ਖਾਲੀ ਕਿਸ ਨੇ ਕੀਤਾ? ਤੁਸੀਂ ਤਾਂ ਭਰਦੇ ਹੋ, ਇਹਨਾਂ ਬੇਈਮਾਨ ਆਗੂਆਂ ਨੇ, ਇਹਨਾਂ ਬੇਈਮਾਨ ਪਾਰਟੀਆਂ ਨੇ ਸਾਡਾ ਖਜ਼ਾਨਾ ਲੁੱਟ ਲਿਆ, ਸਾਡਾ ਖਜ਼ਾਨਾ ਇਹਨਾਂ ਨੇ ਲੁੱਟ ਕੇ ਆਪਣੇ ਘਰ ਭਰੇ ਨੇ। ਅੱਜ ਬਾਦਲਾਂ ਦੇ ਟੱਬਰ ਦੇ ਕੋਲ ਹਜ਼ਾਰਾਂ ਕਰੋੜਾਂ ਦੀਆਂ ਸੰਪੱਤੀਆਂ, ਅੱਜ ਬਾਦਲਾਂ ਦੇ ਹੋਟਲ, ਅੱਜ ਇਹਨਾਂ ਦੀਆਂ ਬੱਸਾਂ, ਇਹਨਾਂ ਦੇ ਟੈਲੀਵਿਜ਼ਨ ਚੈਨਲ, ਕੈਪਟਨ ਅਮਰਿੰਦਰ ਸਿੰਘ ਦੀਆਂ ਵਿਦੇਸ਼ਾਂ ਵਿੱਚ, ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਕਾਲਾ ਧਨ, UK, ਲੰਡਨ ਨਹੀਂ ਗਾ, ਉਹ ਆਪਣੇ ਬੱਚਿਆਂ ਨੂੰ ਵੀ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ, ਉਹਨਾਂ ਨੂੰ ਆਟੇ ਦਾਲ ਦੇ ਉੱਤੇ ਲਾ ਦਿੱਤਾ। ਕੀ ਆਟੇ ਦਾਲ ਦੇ ਨਾਲ ਕਿਸੇ ਦਾ ਬਾਇੱਜ਼ਤ ਜ਼ਿੰਦਗੀ, ਉਸ ਦਾ ਢਿੱਡ ਭਰ ਸਕਦਾ, ਕੋਈ ਬਾਇੱਜ਼ਤ ਜ਼ਿੰਦਗੀ ਜੀ ਸਕਦਾ? ਉਸ ਨੂੰ ਆਟਾ ਦਾਲ ਦੇ ਕੇ, ਉਹਦਾ ਸ਼ੋਸ਼ਣ ਕਰਕੇ, ਉਹਦੇ ਕੋਲੋਂ ਵਿੱਦਿਆ ਚੰਗੀ ਖੋ ਲਈ ਆ, ਇਹ ਬੇਈਮਾਨ ਪਰਿਵਾਰ ਹੁਣ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ 'ਤੇ ਕਹਿੰਦਾ ਭੁੱਲ ਬਖਸ਼ਾਉਣੀ ਆ। ਇੰਨੀ ਬੇਈਮਾਨੀ! ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਜਿਹੜੇ ਗੁਨਾਹ ਕੀਤੇ ਇਹਨਾਂ ਨੇ ਲੋਕਾਂ ਦੀ ਕਚਹਿਰੀ ਵਿੱਚ, ਕੀ ਇਹ ਬਖਸ਼ਣ ਯੋਗ ਨੇ ਭਰਾਓ? ਇਹਨਾਂ ਨੇ ਬੱਜਰ ਗੁਨਾਹ ਕੀਤਾ ਹੈ, ਇਹਨਾਂ ਨੇ ਅਕਾਲ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਿਰਾਦਰ ਕਰਵਾਇਆ, ਉਸ 'ਤੇ ਕੰਪਰੋਮਾਈਜ਼ ਕਰਕੇ ਇੱਕ ਡੇਰੇ ਵਿਸ਼ੇਸ਼ ਦੀਆਂ ਵੋਟਾਂ ਲਈਆਂ। ਇਹ ਸਾਡੇ ਧਰਮ ਅਨੁਸਾਰ ਬੱਜਰ ਕੁਰਹਿਤ ਹੈ। ਸਾਡੇ ਸਿੱਖ ਨੌਜਵਾਨਾਂ ਨੂੰ ਪੁਲਿਸ ਵਾਲਿਆਂ ਨੇ ਗੋਲੀਆਂ ਮਾਰੀਆਂ ਦਿਨੇ, ਇਹਨਾਂ ਨੇ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਬਚਾਇਆ, ਇਹ ਬੱਜਰ ਕੁਰਹਿਤ ਹੈ ਭਰਾਓ। ਇਹਨਾਂ ਨੇ ਘਰਾਂ ਦੇ ਵਿੱਚ ਨਸ਼ੇ ਵਾੜ ਕੇ ਬੱਚੇ ਸਾਡੇ ਰੂੜੀਆਂ 'ਤੇ ਜਾ ਕੇ ਡਿੱਗੇ ਹੋਏ, ਜਿਹੜੇ ਟੀਕੇ ਲਾ ਕੇ ਚਿੱਟੇ ਦੇ 'ਤੇ ਸਮੈਕ ਪੀ ਕੇ ਮਰੇ ਪਏ ਨੇ, ਇਹਨਾਂ ਨੇ ਉਹ ਬੱਜਰ ਕੁਰਹਿਤ ਕੀਤਾ ਵਾ। ਕਿਸਾਨ 1 ਲੱਖ ਕਰੋੜ ਦਾ ਕਰਜ਼ਈ, ਬਾਦਲ ਸਾਹਿਬ 70 ਸਾਲ ਦਾ ਰਾਜਨੀਤਿਕ ਸਫ਼ਰ, 5 ਵਾਰ ਚੀਫ ਮਿਨਿਸਟਰ, ਸਾਰਾ ਟੱਬਰ ਮੰਤਰੀਆਂ ਦਾ, ਆਪ ਜਹਾਜ਼ਾਂ 'ਚ ਉੱਡਦੇ ਨੇ, ਆਪ 7 ਸਿਤਾਰੇ ਹੋਟਲ ਬਣਾਉਂਦੇ ਨੇ, ਅਤੇ ਕਿਸਾਨਾਂ ਨੂੰ ਆਤਮ ਹੱਤਿਆ ਅਤੇ ਖੁਦਕੁਸ਼ੀਆਂ ਵੱਲ ਧੱਕ ਦਿੱਤਾ। ਇਹ ਬਾਦਲ ਸਾਹਿਬ ਇੱਕ ਬੱਜਰ ਕੁਰਹਿਤ ਸੀਗਾ, ਜੋ ਤੁਸੀਂ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ, ਔਰ ਵਿਸ਼ੇਸ਼ ਤੌਰ 'ਤੇ ਪਿਛਲੇ 10 ਸਾਲ ਤੋਂ ਜੋ ਲੋਕਾਂ ਦੇ ਨਾਲ ਤੁਸੀਂ ਕਹਿਰ ਕਮਾਇਆ ਵਾ, ਜੋ ਤੁਸੀਂ ਬੇਈਮਾਨੀ ਕੀਤੀ ਆ, ਇਹ ਤੁਹਾਡੇ ਜਿਹੜੇ ਗੁਨਾਹ ਨੇ,
ਇਹ ਲੋਕਾਂ ਦੀ ਕਚਹਿਰੀ ਵਿੱਚ ਮਾਫ਼ ਕਰਨ ਯੋਗ ਨਹੀਂ ਗਿਆ। ਮੇਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਆ ਕਿ ਐਵੇਂ ਕਿਤੇ ਪ੍ਰਭਾਵ ਦੇ ਥੱਲੇ ਆਣ ਕੇ ਇਹਨਾਂ ਦੇ ਖਿਲਾਫ਼ ਕੋਈ ਨਰਮ ਫੈਸਲਾ ਲੈ ਕੇ, ਕੋਈ ਭਾਂਡੇ ਮਾਂਜਣ ਦੀ ਸੇਵਾ ਲਾ ਕੇ ਜਾਂ ਕਿਸੇ ਥਮਲੇ ਦੇ ਨਾਲ ਬੰਨ ਕੇ ਇਹਨਾਂ ਨੂੰ ਕਿਤੇ ਗਲਤੀ ਨਾ ਬਰੀ ਨਾ ਕਰ ਦਿਓ। ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਇਹ ਗੁਨਾਹਗਾਰ ਨੇ ਔਰ ਇਹਨਾਂ ਗੁਨਾਹਗਾਰਾਂ ਨੂੰ ਪੰਜਾਬ ਦੇ ਲੋਕ ਸਜ਼ਾ ਦੇਣਗੇ। ਤੁਸੀਂ ਕਿਸੇ ਤਰੀਕੇ ਦੀ ਗਲਤੀ ਕੋਈ ਅਵੱਗਿਆ ਨਾ ਕਰ ਦਿਓ। ਇਸ ਲਈ ਅੱਜ ਮੈਂ ਤੁਹਾਡੇ ਕੋਲ, ਇਸ ਤੋਂ ਪਹਿਲਾਂ ਕਿ ਇਨਸਾਫ਼ ਮਾਰਚ ਦਾ ਮੈਂ ਤੁਹਾਨੂੰ ਦੱਸ ਦਿਆਂ, ਮੈਂ 2 ਮਤੇ ਰੱਖਣੇ ਨੇ, 3 ਮਤੇ ਰੱਖਣੇ ਨੇ ਔਰ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਪੰਜਾਬ ਦੇ ਲੋਕ ਇਹਨਾਂ ਮਤਿਆਂ ਦੇ ਨਾਲ ਸਹਿਮਤ ਹੋਵੋਗੇ। ਜਿਹੜਾ ਫਖਰੇ ਕੌਮ ਇਸ ਅਖੌਤੀ ਪਖੰਡੀ ਬੇਈਮਾਨ ਔਰ ਭ੍ਰਿਸ਼ਟ ਬਾਦਲ ਨੂੰ ਦਿੱਤਾ ਗਿਆ ਸੀ, ਅੱਜ ਸਾਡਾ ਪ੍ਰਸਤਾਵ ਆ ਕਿ ਸਭ ਤੋਂ ਪਹਿਲਾਂ ਜਥੇਦਾਰ ਅਕਾਲ ਤਖ਼ਤ ਉਸ ਖਿਤਾਬ ਨੂੰ ਇਮੀਡੀਏਟਲੀ ਅੱਜ ਹੀ ਵਾਪਸ ਲਵੇ। ਜੇ ਤੁਸੀਂ ਸਹਿਮਤ ਆ ਤੇ ਜਕਾਰੇ ਵਿੱਚ ਹੱਥ ਖਰੇ ਕੱਢ ਕੇ ਛੱਡਣਾ। ਬੋਲੇ ਸੋ ਨਿਹਾਲ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਦੋਸ਼ੀਆਂ ਨੂੰ ਇਹਨਾਂ ਨੇ ਬਚਾਇਆ, ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਪੁਲਿਸ ਵਾਲਿਆਂ ਨੂੰ ਸ਼ਰਨ ਦਿੱਤੀ, ਬਚਾਇਆ, ਜਥੇਦਾਰ ਸਾਹਿਬ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਬਾਦਲ ਦੇ ਪਰਿਵਾਰਾਂ ਨੂੰ, ਦੂਜਿਆਂ ਨੂੰ ਤਾਂ ਤੁਸੀਂ ਹੁਕਮਨਾਮਾ ਨਹੀਂ ਦੇ ਸਕਦੇ, ਸਰਕਾਰ ਨੂੰ ਆਦੇਸ਼ ਦਿਓ ਕਿ ਇਹਨਾਂ ਦੇ ਖਿਲਾਫ਼ FIR ਦਰਜ ਕਰਕੇ ਕਤਲਾਂ ਦੀ ਇਹਨਾਂ ਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ। ਜੇ ਸਹਿਮਤ ਹੋ ਤਾਂ ਫਤਿਹ ਦਾ ਜਵਾਬ ਦੇਣਾ। ਬੋਲੇ ਸੋ ਨਿਹਾਲ। ਨਾਲ ਹੀ ਕੈਪਟਨ ਸਾਹਿਬ, ਤੁਸੀਂ ਵੀ ਧਰਮ ਦੀ ਅਵੱਗਿਆ ਕੀਤੀ ਹੈ। ਗੁਟਕਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਹਿਜ਼ ਵੋਟਾਂ ਲੈਣ ਦੀ ਖਾਤਰ, ਪੰਜਾਬ ਦੇ ਲੋਕਾਂ ਦੇ ਨਾਲ ਧਰੋਹ ਕਮਾਇਆ, ਆਪਣੀ ਕੌਮ ਦੇ ਨਾਲ ਧਰੋਹ ਕਮਾਇਆ ਔਰ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦਾ ਅਪਮਾਨ ਕੀਤਾ। ਇਸ ਲਈ ਸਾਡਾ ਇਹ ਵੀ ਪ੍ਰਸਤਾਵ ਆ ਕਿ ਜਥੇਦਾਰ ਜੀ, ਜੇ ਤੁਹਾਡੇ ਵਿੱਚ ਹਿੰਮਤ ਆ ਤੇ ਸੱਦੋ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਕੀਤਾ।